ਸਟਰੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮੈਂ ਹਾਂ ਬਰਨ ਕਾਰਮਾਨ ਖਬਰਾਂ ਦੇ ਬ੍ਰਿਟਨ ਵਿਸ਼ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਰੀਅਲ ਅਸਟੇਟ ਬਰੋਕਰ ਮੋਹਨ ਜੀ ਮਾ ਰੀਅਲ ਅਸਟੇਟ ਦੀ ਦੁਨੀਆ ਅਸਮਨਿਆ ਪ੍ਰਮਨਿਆ ਨਾਮ ਪੇਸ਼ ਤੇ ਪਹਿਲਾਂ ਚੁਣੀਆਂ ਖਬਰਾਂ ਗੈਰ ਕਾਨੂੰਨੀ ਢੰਗ ਨਾਲ ਯੂਐਸ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਵਾਈਡਨ ਪ੍ਰਸ਼ਾਸਨ ਵੱਲੋਂ ਵੱਡੇ ਕਾਰੋਬਾਰੀ ਅਦਾਰਿਆਂ ਤੇ ਲਾਗੂ ਲਾਜ਼ਮੀ ਟੀਕਾ ਕਰਨ ਤੇ ਟੈਸਟਿਕ ਨਿਯਮ ਵਾਪਸ ਲੈਣ ਦੀ ਤਿਆਰੀ ਜੋ ਵਾਈਡਨ ਨੇ ਸਤਾਈ ਰੂਸੀ ਡਿਪਲੋਮੈਟਸ ਨੂੰ ਕ ਵਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ ਜਤਾਈ ਵਚਨਵੱਧਤਾ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅंसारी ਅਮਰੀਕੀ ਐਮਐਸਪੀ ਨੇ ਭਾਰਤ ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਪ੍ਰਗਟਾਈ ਚਿੰਤਾ ਅਮਰੀਕਾ ਨੇ ਆਪਣੇ ਰਾਜਦੂਤਾਂ ਨੂੰ ਦਿੱਤੀ ਚੀਨ ਛੱਡਣ ਦੀ ਸਲਾਹ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 1996 ਦੇ ਕਤਲ ਦੇ ਦੋਸ਼ੀ ਨੂੰ ਅਮਰੀਕਾ ਚ ਦਿੱਤੀ ਗਈ ਮੌਤ ਦੀ ਸਜ਼ਾ ਇਹ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਹੈ ਪਿਛਲੇ ਹਫਤੇ ਅਮਰੀਕਾ ਕੈਨੇਡਾ ਸਰਹੱਦ ਨੇੜੇੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਨੂੰ ਬਾਰਡਰ ਪੈਟਰੋਲ ਨੇ ਰਿਹਾ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਇਹ ਜਾਣਕਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਾਰੇ ਸੱਤ ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਦੀ ਪ੍ਰਕਿਰਿਆ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੇ ਤਹਿਤ ਜਾਰੀ ਹੈ। ਬਿਆਨ ਅਨੁਸਾਰ ਸਾਰੇ ਪ੍ਰਵਾਸੀਆਂ ਨੂੰ ਸਰਹੱਦ ਗਸ਼ਤੀ ਦਲ ਦੀ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ ਸੱਤ ਪਾਰਤੀ ਨਾਗਰਿਕਾਂ ਨੂੰ ਪਿਛਲੇ ਹਫਤੇ ਅਮਰੀਕਾ ਕੈਨੇਡਾ ਸਰਹੱਦ ਨੇੜੇ ਅਮਰੀਕੀ ਅਧਿਕਾਰੀਆਂ ਨੇ ਫੜਿਆ ਸੀ ਇਸ ਸਬੰਧ ਵਿੱਚ 47 ਸਾਲਾ ਸਟੀਵ ਛੈਡ ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਹੈ ਉਹ 15 ਯਾਤਰੀਆਂ ਵਾਲੀ ਬੈਂਚ ਚਲਾ ਰਿਹਾ ਸੀ ਅਤੇ ਦੋ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਸਨ ਸ਼ੈਡ ਨੂੰ 19 ਜਨਵਰੀ ਨੂੰ ਅਮਰੀਕਾ ਕੈਨੇਡਾ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ ਸੀ ਪੰਜ ਭਾਰਤੀ ਨਾਗਰਿਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਸ ਉਮੀਦ ਵਿੱਚ ਕੈਨੇਡੀਅਨ ਸਰਹੱਦ ਪਾਰ ਕਰ ਰਹੇ ਸਨ ਕਿ ਕੋਈ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਵੇਗਾ ਸਪਰੀਮ ਕੋਰਟ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਵੱਡੇ ਕਾਰੋਬਾਰੀ ਅਦਾਰਿਆਂ ਉੱਪਰ ਲਾਜ਼ਮੀ ਕੋਵਿਡ-19 ਟੀਕਾਕਰਨ ਜਾਂ ਨਿਰੰਤਰ ਟੈਸਟਿੰਗ ਲਈ ਲਾਗੂ ਕੀਤੇ ਨਿਯਮ ਉੱਪਰ ਪਾਬੰਦੀ ਲਗਾ ਦੇਣ ਉਪਰੰਤ ਜੋ ਵਾਈਡਨ ਪ੍ਰਸ਼ਾਸਨ ਇਸ ਆਦੇਸ਼ ਨੂੰ ਵਾਪਸ ਲੈ ਰਿਹਾ ਹੈ ਅਮਰੀਕਾ ਦੇ ਲੇਬਰ ਐਕੂਪੇਸ਼ਨ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਉਸ ਵੱਲੋਂ 100 ਤੋਂ ਵੱਧ ਮੁਲਾਜ਼ਮਾ ਵਾਲੇ ਕਾਰੋਬਾਰੀ ਅਦਾਰਿਆਂ ਤੇ ਲਾਗੂ ਲਾਜ਼ਮੀ ਵੈਕਸੀਨੇਸ਼ਨ ਤੇ ਟੈਸਟਿੰਗ ਦੀ ਸ਼ਰਤ ਵਾਪਸ ਲਈ ਜਾ ਰਹੀ ਹੈ ਅਮਰੀਕੀ ਕਿਰਤ ਵਿਭਾਗ ਦੇ ਇੱਕ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਹਾਲਾਂਕਿ ਉਹ ਵੈਕਸੀਨੇਸ਼ਨ ਤੇ ਟੈਸਟਿੰਗ ਵਾਪਸ ਲੈ ਰਹੇ ਹਨ ਪਰ ਇਸ ਨਾਲ ਹੰਗਾਮੀ ਆਰਜੀ ਮਾਪਦੰਡ ਪ੍ਰਭਾਵਿਤ ਨਹੀਂ ਹੋਣਗੇ ਤੇ ਇਹ ਪ੍ਰਸਤਾਵਿਤ ਨਿਯਮ ਵੱਜੋਂ ਕਾਇਮ ਰਹਿਣਗੇ ਬੁਲਾਰੇ ਨੇ ਕਿਹਾ ਕਿ ਵਿਭਾਗ ਕੋਵਿਡ-19 ਤੋਂ ਸਿਹਤ ਮੁਲਾਜ਼ਮਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤੇ ਇਸ ਸੰਬੰਧ ਮਾਪਦੰਡਾਂ ਨੂੰ ਛੇਤੇ ਅੰਤਮ ਰੂਪ ਦੇ ਦਿੱਤਾ ਜਾਏਗਾ ਦੋ ਹਫ਼ਤਿਆਂ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਨਿਰਣਾ ਰਾਸ਼ਟਰਪਤੀ ਬਾਈਡਨ ਨੂੰ ਵੱਡਾ ਝਟਕਾ ਸਮਝਿਆ ਜਾ ਰਿਹਾ ਹੈ ਜੋ ਸੰਗੀ ਸਰਕਾਰ ਦੀ ਤਾਕਤ ਦੀ ਵਰਤੋਂ ਰਾਹੀਂ ਜ਼ਬਰਨ ਕੋਵਿਡ-19 ਨਿਯਮ ਥੋਪਣਾ ਚਾਹੁੰਦੇ ਸਨ ਇਸ ਨਿਯਮ ਵਿੱਚ ਬਾਈਡਨ ਪ੍ਰਸ਼ਾਸਨ ਨੇ 100 ਤੋਂ ਵੱਧ ਮੁਲਾਜ਼ਮਾ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਆਪਣੇ ਮੁਲਾਜ਼ਮਾਂ ਦਾ ਲਾਜ਼ਮੀ ਕੋਵਿਡ ਟਿਕਾ ਕਰਨ ਲਈ ਕਿਹਾ ਸੀ ਤੇ ਜਿਹੜਾ ਮੁਲਾਜ਼ਮ ਟਿਕਾ ਕਰਨ ਨਹੀਂ ਕਰਵਾਉਂਦਾ ਉਸ ਦਾ ਨਿਰੰਤਰ ਟੈਸਟ ਕਰਨ ਲਈ ਕਿਹਾ ਗਿਆ ਸੀ ਇਸ ਨਿਯਮ ਵਿੱਚ ਮਾਸਕ ਲਾਜ਼ਮੀ ਪਾਉਣ ਦੀ ਵੀ ਹਦਾਇਤ ਦਿੱਤੀ ਗਈ ਸੀ ਵੁਸੋ ਯੂਕਰੇਨ ਵਿੱਚ جاری ਤਣਾਅ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ ਸਤਾਏ ਡਿਪਲੋਮੈਟਸ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ ਵਾਸ਼ਿੰਗਟਨ ਤੋਂ ਇਹ ਆਦੇਸ਼ ਜਾਰੀ ਕਰਨ ਤੋਂ ਲਾਵਾ ਬਾਈਡਨ ਪ੍ਰਸ਼ਾਸਨ ਨੇ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਨਹੀਂ ਕਰਨ ਦੀ ਰੂਸੀ ਮੰਗ ਵੀ ਖਾਰਜ ਕਰ ਦਿੱਤੀ ਹੈ ਬਾਈਡਨ ਨੇ ਯੂਕਰੇਨ ਤੇ ਹਮਲੇ ਦੀ ਸਥਿਤੀ ਵਿੱਚ ਰੂਸ ਨੂੰ ਸਖਤ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਹੈ ਬਾਈਡਨ ਨੇ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਉਹ ਰੂਸ ਦੀ 85000 ਕਰੋੜ ਰੁਪਏ ਦੀ ਨਾੜ ਸਟ੍ਰੀਮ ਟੂ ਗੈਸ ਪਾਈਪਲਾਈਨ ਨੂੰ ਰੋਕ ਦੇਣ ਕੇ ਰੂਸ ਦੇ ਇਸ ਪਾਈਪਲਾਈਨ ਰਾਹੀਂ ਯੂਰਪ ਨੂੰ ਗੈਸ ਅਪਲਾਈ ਕਰਨ ਦੀ ਯੋਜਨਾ ਹੈ ਖਾਸ ਕਰ ਇਹ ਹੈ ਕਿ ਜਰਮਨੀ ਨੇ ਵੀ ਅਮਰੀਕਾ ਦਾ ਸਮਰਥਨ ਕੀਤਾ ਹੈ ਉਦੋਂ ਰੂਸ ਅਤੇ ਯੂਕਰੇਨ ਨੇ ਦੋਵੇਂ ਦੇਸ਼ਾਂ ਦੀ ਸਰਹੱਦ ਤੇ ਜੰਗਬੰਦੀ ਦੇ ਲਈ ਪੈਰਿਸ वार्ता ਜਾਰੀ ਰੱਖਣ ਦਾ ਐਲਾਨ ਕੀਤਾ ਹੈ ਯੂਕਰੇਨ ਦੇ ਪੱਛਮ ਵਿੱਚ ਯੂਰਪ ਅਤੇ ਪੂਰਬ ਵਿੱਚ ਰੂਸ 1991 ਵਿੱਚ ਹੋਏ ਸੋਵੀਅਤ ਸੰਘ ਤੋਂ ਅਲੱਗ ਹੋਣ ਤੋਂ ਬਾਅਦ ਇਸ ਦੇਸ਼ ਦਾ ਚੁਕਾ ਪੱਛਮ ਵੱਲ ਰਿਹਾ ਹੈ ਰੂਸ ਨੂੰ ਇਹ برداشت ਨਹੀਂ ਹੈ ਕਿ ਉਹ ਇਸ ਨੂੰ ਆਪਣੇ ਪਰਬਾਬ ਦੇ ਦਾਇਰੇ ਵਿੱਚ ਲੈਣ ਦੀ ਕੋਸ਼ਿਸ਼ ਕਰਤਾ ਰਿਹਾ ਰੂਸ ਨੂੰ ਲੱਗਦਾ ਹੈ ਕਿ ਪੱਛਮ ਯੂਰਪ ਵੱਲ ਚੁੱਕਿਆ ਯੂਕਰੇਨ ਉਸ ਦੇ ਸੁਰੱਖਿਆ ਅਤੇ ਸਮਾਰਿਕ ਹਿੱਤਾਂ ਦੇ ਲਈ ਖਤਰਾ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਯੂਕਰੇਨ ਦੇ ਆਪਣੇ ਹਮਰੁੱਤਵਾ ਬੋਲਦਮੀਰ ਜੇਲਨਸਕੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਮਰੀਕਾ ਨੇ ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਤੋਂ ਰੋਕਣ ਲਈ ਉਸ ਦੇ ਖਿਲਾਫ ਗਲੋਬਲ ਦਬਾਅ ਬਣਾਇਆ ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਦੀ ਪੁਸ਼ਟੀ ਕੀਤੀ ਹੈ ਕਿ ਜੇਕਰ ਯੂਕਰੇਨ ਤੇ ਰੂਸ ਹਮਲਾ ਕਰਦਾ ਹੈ ਤਾਂ ਆਪਣੇ ਸਹਿਯੋਗੀਆਂ ਅਤੇ ਹਿੱਸੇਦਾਰਾਂ ਨਾਲ ਅਮਰੀਕਾ ਇਸ ਦਾ ਫੈਸਲਾ ਕੋਨ ਰੂਪ ਵਿੱਚ ਜਵਾਬ ਦੇਣ ਲਈ ਤਿਆਰ ਹੈ ਵਾਈਟ ਹਾਊਸ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਯੂਰੋਪੀ ਸੁਰੱਖਿਆ ਤੇ ਤਾਲਮੇਲ ਵਾਲੀ ਰਾਜਨੀਤਿਕ ਕੋਸ਼ਿਸ਼ਾਂ ਤੇ ਚਰਚਾ ਕੀਤੀ ਅਤੇ ਯੂਕਰੇਨ ਦੇ ਬਿਨਾਂ ਯੂਕਰੇਨ ਦੇ ਬਾਰੇ ਵਿੱਚ ਕੁਝ ਵੀ ਨਹੀਂ ਦੇ ਸਿਧਾਂਤ ਨੂੰ ਰੇਖਾਂਕਿਤ ਕੀਤਾ ਬਿਆਨ ਦੇ ਅਨੁਸਾਰ ਫੋਨ ਤੇ ਗੱਲਬਾਤ ਦੌਰਾਨ ਬਾਈਡਨ ਨੇ ਨਾਰਮੈਂਡੀ ਰੁਪਾਂਤਰ ਵਿੱਚ ਸੰਘਰਸ਼ ਦੇ ਹੱਲ ਦੇ ਯਤਨਾਂ ਲਈ ਅਮਰੀਕਾ ਦਾ ਸਮਰਥਨ ਦਿੱਤਾ ਹੈ ਅਤੇ ਆਸ ਜਿਤਾਈ ਹੈ ਕਿ ਜੁਲਾਈ 2020 ਦੀਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਲੈ ਕੇ ਪੱਖਾਂ ਦੁਆਰਾ ਜਨਵਰੀ 26 ਨੂੰ ਜਿਤਾਈ ਵਚਨਬੱਧਤਾ ਨਾਲ ਤਣਾਅ ਨੂੰ ਘਟਕਾਣ ਅਤੇ ਮਿੰਟਕ ਸਮਝੌਤਿਆਂ ਨੂੰ ਲਾਗੂ ਕਰਨ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ ਵਾਈਟ ਹਾਊਸ ਦੇ ਪ੍ਰੈਸ ਸਖਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨੇ ਸਰਹੱਦ ਤੇ ਤਿਆਰੀ ਦੇਖੀ ਹੈ ਅਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ ਉਸਨੇ ਕਿਹਾ ਕਿ ਸਾਡਾ ਅਨੁਮਾਨ ਇਸ ਸੰਬੰਧੀ ਬਦਲਿਆ ਨਹੀਂ ਇਸ ਤੋਂ ਪਹਿਲਾਂ ਅਮਰੀਕਾ ਤੇ ਨਾਟੋ ਦੇ ਮਾਮਲੇ ਤੇ ਰੂਸ ਨੂੰ ਵੱਖ-ਵੱਖ ਆਪਣੀ ਪ੍ਰਤੀਕਿਰਿਆ ਭੇਜੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੰਨਣਾ ਹੈ ਕਿ ਯੂਰੋ ਅਟਲੈਂਟਿਕ ਖੇਤਰ ਵਿੱਚ ਸੁਰੱਖਿਆ ਸੁਧਾਰਾਂ ਲਈ ਇੱਕ ਅਸਲ ਮੌਕੇ ਪ੍ਰਦਾਨ ਕਰਦੀ ਹੈ ਬਿਸ਼ਰਤੇ ਰੂਸ ਸੰਘਰਸ਼ ਜਾਂ ਹਿੰਸਾ ਦੀ ਬਜਾਏ ਕੂਟਨੀਤੀ ਦਾ ਰਾਹ ਚੁਣੇ ਸਿਆਸੀ ਮਾਮਲਿਆਂ ਦੀ ਵਿਦੇਸ਼ੀ ਮੰਤਰੀ ਵਿਕਟੋਰੀਆ ਨੁਲਾੰਦ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਅਸੀਂ ਅਤੇ ਸਾਡੇ ਨਾਟੋ ਸਹਿਯੋਗੀ ਅਤੇ ਸਾਂਝੇਦਾਰ ਲੰਬੇ ਸਮੇਂ ਤੋਂ ਉਹਨਾਂ ਮੁੱਦਿਆਂ ਨੂੰ ਲੈ ਕੇ ਚਿੰਤਾਤ ਹਾਂ ਜਿਨ੍ਹਾਂ ਨੂੰ ਰੂਸ ਨੇ ਚੁੱਕਿਆ ਸੀ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਜ਼ਾਰੀ ਅਤੇ ਅਮਰੀਕਾ ਦੇ 4 ਸੰਸਦ ਮੈਂਬਰਾਂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਤੇ ਬੁੱਧਵਾਰ ਨੂੰ ਚਿੰਤਾ ਪ੍ਰਗਟਾਈ ਅੰਸਾਰੀ ਅਤੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਵੱਲੋਂ ਡਿਜੀਟਲ ਤਰੀਕੇ ਨਾਲ ਆਯੋਜਿਤ ਪੈਨਲ ਚਰਚਾ ਨੂੰ ਸੰਬੋਧਨ ਕੀਤਾ ਭਾਰਤ ਹਾਲਾਂਕਿ ਦੇਸ਼ ਵਿੱਚ ਨਾਗਰਿਕ ਆਜ਼ਾਦੀ ਖਤਮ ਹੋਣ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਗਠਨ ਦੇ ਦੋਸ਼ਾਂ ਨੂੰ ਨਕਾਰਤਾ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕ ਨੇ ਕਿਹਾ ਕਿ ਅਜਿਹਾ ਮਾਹੌਲ ਬਣਿਆ ਹੈ ਜਿੱਥੇ ਪੇਦ ਪਾਵ ਤੇ ਹਿੰਸਾ ਜੜ ਫੜ ਸਕਦੀ ਹੈ ਹਾਲ ਦੇ ਸਾਲਾਂ ਵਿੱਚ ਅਸੀਂ ਆਨਲਾਈਨ ਨਫਰਤ ਭਰੇ ਭਾਸ਼ਨਾ ਤੇ ਨਫਰਤ ਦੇ ਕੰਮਾਂ ਵਿੱਚ ਵਾਤਾ ਦੇਖਿਆ ਹੈ ਇਹਨਾਂ ਵਿੱਚ ਮਸਜਿਦਾਂ ਵਿੱਚ ਪੰਨ ਤੋੜ ਗਿਰਜਾ ਘਰਾਂ ਨੂੰ ਸਾੜਨਾ ਅਤੇ ਫਿਰਕੂ ਹਿੰਸਾ ਵੀ ਸ਼ਾਮਲ ਹੈ ਮਾਰਕੀਦਾ ਭਾਰਤ ਵਿਰੋਧੀ ਰੁਖ ਅਪਣਾਉਣ ਦਾ ਇਤਿਹਾਸ ਰਿਹਾ ਹੈ ਉਹਨਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੇ ਰਾਜ ਦੌਰਾਨ ਭਾਰਤ ਅਮਰੀਕਾ ਗੈਰ ਫੌਜੀ ਪਰਮਾਣੂ ਸਮਝੌਤੇ ਦਾ ਵੀ ਵਿਰੋਧ ਕੀਤਾ ਸੀ ਭਾਰਤ ਤੋਂ ਡਿਜੀਟਲ ਤਰੀਕੇ ਨਾਲ ਇਸ ਚਰਚਾ ਵਿੱਚ ਭਾਗ ਲੈਂਦੇ ਹੋਏ ਸਾਬਕਾ ਉਪ ਰਾਸ਼ਟਰਪਤੀ ਅंसारी ਨੇ ਵੀ ਹਿੰਦੂ ਰਾਸ਼ਟਰਵਾਦੀ ਵੱਧਦੀ ਪ੍ਰਵਿਰਤੀ ਤੇ ਆਪਣੀ ਚਿੰਤਾ ਪ੍ਰਗਟਾਈ ਹੈ ਅंसारी ਨੇ ਦੋਸ਼ ਲਗਾਇਆ ਕਿ ਹਾਲ ਹੀ ਦੇ ਸਾਲਾਂ ਵਿੱਚ ਅਸੀਂ ਉਹਨਾਂ ਪ੍ਰਵਿਰਤੀਆਂ ਅਤੇ ਪ੍ਰਥਾਵਾਂ ਦਾ ਵਧਣਾ ਮਹਿਸੂਸ ਕੀਤਾ ਹੈ ਜੋ ਨਾਗਰਿਕ ਰਾਸ਼ਟਰਵਾਦ ਦੇ ਸਥਾਪਿਤ ਸਿਧਾਂਤ ਸੰਬੰਧੀ ਵਿਵਾਦ ਖੜਾ ਕਰਦੀਆਂ ਨੇ ਅਤੇ ਸਾਂਸਕ੍ਰਿਤਿਕ ਰਾਸ਼ਟਰਵਾਦ ਦੀ ਇੱਕ ਨਵੀਂ ਅਤੇ ਕਾਲਪਨਿਕ ਪ੍ਰਵਿਰਤੀ ਨੂੰ ਬढ़ावा ਦਿੰਦੀਆਂ ਨੇ ਉਹ ਨਾਗਰਿਕ ਕਾਨੂੰਨਾਂ ਦੇ ਧਰਮ ਦੇ ਆਧਾਰ ਤੇ ਵਕਾਣਾ ਚਾਹੁੰਦੀ ਹੈ ਅਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਵਾ ਦਿੰਦੀਆਂ ਨੇ ਚਰਚਾ ਵਿੱਚ ਤਿੰਨ ਸੰਸਦ ਮੈਂਬਰ ਜिम ਮੈਕਵਨ ਐਂਡੀ ਲੇਵਨ ਅਤੇ ਜਾਮੀ ਰਸਕਿਨ ਨੇ ਵੀ ਹਿੱਸਾ ਲਿਆ ਅਮਰੀਕਾ ਦੀਆਂ ਬੀਜਿੰਗ ਵਿੱਚ ਸਖਤ ਪਾਬੰਦੀਆਂ ਨੂੰ ਲੈ ਕੇ ਆਪਣੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੀ ਸਲਾਹ ਦੇਣ ਤੇ ਡ੍ਰੈਗਨ ਪੜਕਿਆ ਹੈ ਚੀਨ ਨੇ ਬੁੱਧਵਾਰ ਨੂੰ ਅਮਰੀਕੀ ਡਿਪਲੋਮੈਟਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬੀਜਿੰਗ ਦੇ ਸਖਤ ਮਹਾਮਾਰੀ ਵਿਰੋਧ ਉਪਵਾਮਾਂ ਤੋਂ ਬਚਣ ਲਈ ਦੇਚ ਛੱਡਣ ਦੀ ਅਮਰੀਕਾ ਦੀ ਪੇਸ਼ਕਸ਼ ਤੇ ਗੰਭੀਰ ਚਿੰਤਾ ਤੇ ਅਸੰਤੁਸ਼ਟੀ ਜ਼ਾਹਿਰ ਕਰਦੇ ਹਾਂ ਇਸ ਨੂੰ ਗੁੰਮਰਾਹਨ ਫੈਸਲਾ ਕਰਾਰ ਦਿੱਤਾ ਨਾਲ ਹੀ ਕਿਹਾ ਕਿ ਅਮਰੀਕਾ ਦਾ ਇਹ ਫੈਸਲਾ ਉੱਤੇ ਕਰਮਚਾਰੀਆਂ ਲਈ ਸੰਕਰਮਣ ਦਾ ਹੋਰ ਖਤਰਾ ਪੈਦਾ ਕਰੇਗਾ ਦਰਅਸਲ ਅਮਰੀਕੀ ਦੂਤਵਾਸ ਨੇ ਬੀਜਿੰਗ ਵਿੱਚ ਲਗਾਈਆਂ ਸਖਤ ਪਾਬੰਦੀਆਂ ਦੇ ਮੱਦੇਨਜ਼ਰ ਆਪਣੀ ਸਰਕਾਰ ਨੂੰ ਡਿਪਲੋਮੈਟਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਅਨੁਸਾਰ ਖੁੱਲੇ ਮਾਹੌਲ 'ਚ ਪਰਿਵਾਰਾਂ ਨੂੰ ਲੈ ਕੇ ਜਾ ਸਕਣ ਰੋ ਨਦੀ ਮਾਰ ਚੀਨ ਦੇ ਬੀਜਿੰਗ ਤੱਕ ਪਹੁੰਚ ਗਈ ਜਿੱਥੇ ਫਰਵਰੀ ਚ ਵਿంటర్ 올림픽 ਖੇਡਾਂ ਹੋਣੀਆਂ ਨੇ ਇਨਫੈਕਸ਼ਨ ਦੇ ਇਸ ਰਫਤਾਰ ਨੂੰ ਰੋਕਣ ਲਈ ਚੀਨ ਨੇ ਬਹੁਤ ਸਖਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤੇ 올림픽 ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਆਪਣੀ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਅਮਰੀਕੀ ਵਿਦੇਸ਼ ਵਿਭਾਗ ਨੇ ਚੀਨ ਵਿੱਚ ਮਹਾਮਾਰੀ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਆਪਣੇ ਦੂਤਵਾਸਾ ਅਤੇ ਕੌਨਸੂਲੇਟਾਂ ਨੂੰ ਆਪਣੇ ਕਰਮਚਾਰੀਆਂ ਦੇ ਪ੍ਰਸਥਾਨ ਨੂੰ ਮਨਜ਼ੂਰੀ ਦੇਣ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਅਮਰੀਕਾ ਦੇ ਲਬਾਮਾ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀਰਵਾਰ ਨੂੰ ਕਤਲ ਦੇ ਇੱਕ ਮਾਮਲੇ ਵਿੱਚ ਕੈਦੀ ਨੂੰ ਘਾਤਕ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ ਸਿਖਰਲੀ ਅਦਾਲਤ ਨੇ ਬਚਾਅ ਪੱਖ ਦੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਦੋਸ਼ੀ ਵਿਅਕਤੀ ਬੌਧਿਕ ਰੂਪ ਨਾਲ ਦੇ ਵਿਅੰਗ ਹੈ ਸਟੇਟ ਅਟਾਰਨੀ ਜਰਨਲ ਸਟੀਵ ਮਾਰਸ਼ਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਪਰੀਮ ਕੋਰਟ ਦੇ ਮੈਥਿਊ ਰੀਵਸ ਦੀ ਮੌਤ ਦੀ ਸਜ਼ਾ ਤੇ ਰੋਕ ਲਗਾਉਣ ਵਾਲੇ ਹੀਟਲੀ ਅਦਾਲਤ ਦੇ ਹੁਕਮ ਨੂੰ ਪਾਲਣ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਹੋਲਮੈਨ ਜੇਲ੍ਹ ਵਿੱਚ ਮੌਤ ਦੇ ਸਜ਼ਾ ਜਾਰੀ ਕੀਤੀ ਗਈ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ 24 ਮਿੰਟ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਰੀਵਜ਼ ਨੂੰ 1996 ਵਿੱਚ ਵਾਹਨ ਚਾਲਕ ਵਿਲੀ ਜੌਨਸਨ ਦੀ ਹਤਿਆ ਦਾ ਦੋਸ਼ੀ ਪਾਇਆ ਗਿਆ ਸੀ ਜੌਨਸਨ ਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਸੀ ਯੂਕਰੇਨ ਦੀ ਫੌਜ ਦੀ ਸਹਾਇਤਾ ਲਈ ਕੈਨੇਡਾ ਕੁਲ 400 ਸੈਨਿਕ ਤਾਇਨਾਤ ਕਰੇਗਾ ਅਤੇ ਇਹਨਾਂ ਵਿੱਚੋਂ 60 ਅਗਲੇ ਕੁਝ ਦਿਨਾਂ ਵਿੱਚ ਤਾਇਨਾਤ ਕੀਤੇ ਜਾਣਗੇ। ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਆਨੰਦ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਆਪਰੇਸ਼ਨ ਯੂਨੀਫਾਇਰ ਦੇ ਵਿਸਥਾਰ ਅਤੇ ਵਿਸਤਾਰ ਦੀ ਘੋਸ਼ਣਾ ਕਰਦੇ ਹੋਏ ਖੁਸ਼ ਹਾਂ। ਲਗਭਗ 340 ਮਿਲੀਅਨ ਡਾਲਰ ਦੇ ਨਾਲ ਅਸੀਂ ਯੂਕਰੇਨ ਵਿੱਚ ਆਪਣੇ ਸਖਲਾਈ ਮਿਸ਼ਨ ਦੀ ਸਮਰੱਥਾ ਨੂੰ ਵਧਾਵਾਗੇ ਆਉਣ ਵਾਲੇ ਦਿਨਾਂ ਚ ਕੈਨੇਡੀਅਨ ਹਥਿਆਰਬੰਦ ਬਲਾਂ ਦੇ ਨਾਲ 60 ਤੱਕ ਮੈਂਬਰ ਹੋਣਗੇ ਆਨੰਦ ਨੇ ਅੱਗੇ ਕਿਹਾ ਕਿ ਕੈਨੇਡੀਅਨ ਸੈਨਿਕ ਰਣਨੀਤੀ ਬਣਾਉਣ ਵਿਸਫੋਟਕ ਯੰਤਰ ਨੂੰ ਨਸ਼ਟ ਕਰਨ ਸਨਾਈਪਿੰਗ ਖੋਜ ਅਤੇ ਦਵਾਈ ਵਰਗੇ ਖੇਤਰਾਂ ਚ ਸਖਲਾਈ ਪ੍ਰਦਾਨ ਕਰ ਰਹੇ ਨੇ ਟਰੂਡੋ ਨੇ ਦੱਸਿਆ ਕਿ ਕੈਨੇਡਾ ਇਸ ਕਾਰਵਾਈ ਨੂੰ ਹੋਰ 3 ਸਾਲਾਂ ਲਈ ਵਧਾ ਰਿਹਾ ਅਤੇ ਯੂਕਰੇਨ ਵਿੱਚ ਆਪਣੇ ਸੈਨਿਕਾਂ ਦੀ ਗਿਣਤੀ 200 ਤੋਂ 400 ਤੱਕ ਦੁੱਗਣੀ ਕਰ ਰਿਹਾ ट्रूडो ने कहा कि ऑपरेशन यूक्रेन के पश्चिमी हिस्से में केंद्रित है जिथे सैनिकਾਂ ਲਈ ਜੋਖਮ ਸਭ ਤੋਂ ਘੱਟ ਨੇ ਅਤੇ ਉਹ ਸਿਖਲਾਈ ਅਤੇ ਸਹਾਇਤਾ ਮਿਸ਼ਨ ਤੇ ਧਿਆਨ ਦੇ ਸਕਦੇ ਨੇ। ट्रूडो ने, ने कहा कि ਕੈਨੇਡੀਅਨ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਰੂਸੀ ਹਮਲੇ ਦੀ ਸਥਿਤੀ ਵਿੱਚ ਸਰਕਾਰ ਇਹ ਯਕੀਨੀ ਬਣਾਏਗੀ ਕਿ ਫੌਜ ਦੇ ਮੈਂਬਰ ਸੁਰੱਖਿਅਤ ਰਹਿਣ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਮੂਲ ਵਾਸੀਆਂ ਦੀ ਸੰਸਥਾ ਵਿਲੀਅਮਜ਼ ਲੇਕ ਫਸਟ ਨੇਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਚ ਦੱਸਿਆ ਗਿਆ ਹੈ ਕਿ ਆਦੀਵਾਸੀਆਂ ਦੇ ਬੱਚਿਆਂ ਲਈ ਬਣਾਏ ਗਏ ਸੇਂਟ ਜੋਸਫ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਦੀ ਗਰਾਊਂਡ 'ਚ 93 ਕਬਰਾਂ ਮਿਲੀਆਂ ਇਹ ਰੈਜ਼ੀਡੈਂਸ਼ੀਅਲ ਸਕੂਲ ਸਾਲ 1867 ਵਿੱਚ ਸਥਾਪਿਤ ਕੀਤਾ ਗਿਆ ਸੀ ਤੇ 1969 ਤੱਕ ਰੋਮਨ ਕੈਥੋਲਿਕ ਚਰਚ ਦੇ ਪ੍ਰਬੰਧਕਾਂ ਵੱਲੋਂ ਚਲਾਇਆ ਗਿਆ ਸੀ ਦੱਸਿਆ ਗਿਆ ਹੈ ਕਿ ਨਾ ਕਬਰਾਂ ਵਿੱਚ ਬੱਚਿਆਂ ਦੇ ਪਿੰਜਰ ਹੋਣ ਬਾਰੇ ਜਾਂਚ ਚੱਲ ਰਹੀ ਹੈ ਵਰਣਨਯੋਗ ਹੈ ਕਿ ਬੀਤੇ ਸਾਲ ਸਤ ਕੈਂਚਵਨ ਦੇ ਇੱਕ ਰੈਜ਼ੀਡੈਂਸ਼ੀਅਲ ਸਕੂਲ ਤੋਂ 751 ਬੱਚਿਆਂ ਦੀਆਂ ਕਬਰਾਂ ਮਿਲੀਆਂ ਅਤੇ ਕ੍ਰੇਨ ਬਰੁੱਕ ਦੇ ਸੇਂਟ ਯੋਜਨ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਤੇ ਕੈਪਸੂਲ ਦੇ ਸਕੂਲ ਤੋਂ ਦੋਸਤੋ ਬੱਚਿਆਂ ਦੇ ਪਿੰਜਰ ਮਿਲੇ ਸਤਨ ਵਿਲੀਅਮਜ਼ ਲੇਕ ਦਾ ਸੇਂਟ ਜੋਸਫ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ 1970 ਤੋਂ 1981 ਤੱਕ ਸਰਕਾਰ ਦੀ ਨਿਗਰਾਨੀ ਹੇਠ ਚੱਲਦਾ ਰਿਹਾ ਹੈ ਕੋਰੋਨਾ ਕਾਲ ਵਿੱਚ ਪਾਰਟੀਆਂ ਕਰਕੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਲੈ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਅਸਤੀਫਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਪਿਛਾਲੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਹੋ ਰਹੀ ਪੁਲਿਸ ਜਾਂਚ ਦਾ ਸਵਾਗਤ ਕੀਤਾ ਹੈ। ਦੂਜੇ ਪਾਸੇ ਵਿਰੋਧੀਆਂ ਨੇ ਉਹਨਾਂ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਦਰਅਸਲ ਲੇਬਰ ਪਾਰਟੀ ਦੇ ਨੇਤਾ ਕੇਅਰ ਸਟਾਰਮਰ ਨੇ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਜੌਨਸਨ ਕੋਲੋਂ ਪੁੱਛਿਆ ਸੀ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਇਸ ਤੇ ਜੌਨਸਨ ਨੇ ਜਵਾਬ ਦਿੱਤਾ ਨਹੀਂ ਸਟਾਰਮਰ ਤੋਂ ਇਲਾਵਾ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੇ ਵੀ ਅਸਤੀਫੇ ਦੀ ਮੰਗ ਕੀਤੀ ਸੀ ਇਸ ਵਿਚਾਲੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਨੂੰ ਗਿਣਾ ਕੇ ਜੌਨਸਨ ਵੀ ਪਾਰਟੀਗੇਟ ਮਾਮਲੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਏ ਦਿੱਤੇ ਜੌਨਸਨ ਨੇ ਕਿਹਾ ਪਾਰਟੀਗੇਟ ਮਾਮਲੇ ਨੂੰ ਲੈ ਕੇ ਅਹੁਦਾ ਛੱਡਣ ਨੂੰ ਲੈ ਕੇ ਵੱਡੇ ਦਬਾਅ ਦੇ ਬਾਵਜੂਦ ਉਹ ਅਸਤੀਫਾ ਨਹੀਂ ਦੇਣਗੇ ਜੌਨਸਨ ਨੇ ਕਿਹਾ ਕਿ ਸਾਲ 2020-21 ਦੇ ਦੌਰਾਨ 10 ਟਾਊਨਿੰਗ ਸਟ੍ਰੀਟ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਕਥਿਤ ਲਾਕਡਾਊਨ ਦੀ ਉਲੰਘਣਾ ਨਾਲ ਜੁੜੇ ਤਮਾਮ ਮਾਮਲਿਆਂ ਨੂੰ ਲੈ ਕੇ ਸਕਾਟਲੈਂਡ ਯਾਰਡ ਪੁਲਿਸ ਦੀ ਜਾਂਚ ਦਾ ਮੈਂ ਸਵਾਗਤ ਕਰਦਾ ਹਾਂ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਤੇ ਚੀਨ ਦੇ ਤਣਾਅ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਹੁਣ ਚੀਨ ਦੀਆਂ ਜਲ ਸੈਨਿਕ ਸਮਰਥਾਵਾਂ ਨੂੰ ਦੇਖਦੇ ਹੋਏ ਉੱਥੇ ਆਪਣੀ ਫੌਜੀ ਤਾਕਤ ਹੋਰ ਵਧਾਉਣਾ ਚਾਹੁੰਦੀ ਹੈ। ਏਸ਼ੀਆ ਟਾਈਮਜ਼ ਦੇ ਰਿਪੋਰਟ ਮੁਤਾਬਕ ਕੁਝ ਏਸ਼ੀਆਈ ਆਗੂਆਂ ਨੂੰ ਡਰ ਸੀ ਕਿ ਡੁਨਾਲ ਟਰੰਪ ਦੇ ਚੋਣ ਹਾਰਨ ਮਗਰੋਂ ਅਮਰੀਕਾ ਚੀਨ ਖਿਲਾਫ ਆਪਣੇ ਸਖ਼ਤ ਰਵੱਈਏ ਨੂੰ ਛੱਡ ਦੇਗਾ ਪਰ ਇਸ ਦਾ ਉਲਟ ਹੀ ਹੋਇਆ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਜੋ ਵਾਈਡਨ ਦੇ ਰੁਖ ਨਾਲ ਕਈ ਅਮਰੀਕੀ ਸਹਿਯੋਗੀਆਂ ਦੀ ਏਸ਼ੀਆ 'ਚ ਪੈਠ ਵੱਟ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਦੱਖਣੀ ਚੀਨ ਸਾਗਰ ਦੇ ਵਿਵਾਦਤ ਟਾਪੂ ਸਮੂਹਾਂ 'ਚ ਅਮਰੀਕੀ ਜੰਗੀ ਬੇੜਾ ਯੂ ਐਸ ਐਸ ਕਾਰਲ ਵਿਨਟਨ ਦੀ ਅਗਵਾਈ 'ਚ 5 ਦਿਨਾਂ ਜਲ ਸੈਨਿਕ ਡ੍ਰਿਲ ਹੋਈ। ਪਿਛਲੇ ਸਾਲ ਦੇ ਮੁਕਾਬਲੇ ਇਹ ਜਲ ਸੈਨਿਕ ਕਬਿਆਸ 2 ਹਫ਼ਤੇ ਜ਼ਿਆਦਾ ਸਮੇਂ ਤੱਕ ਚੱਲਿਆ। ਚੀਨ ਤੇ ਤਾਈਵਾਨ ਵਿਚਾਲੇ ਭਾਰੀ ਤਣਾਅ 'ਚ ਅਮਰੀਕੀ ਜੰਗੀ ਬੇੜਿਆਂ ਨੇ ਪਿਛਲੇ ਐਤਵਾਰ ਨੂੰ ਦੱਖਣੀ ਚੀਨ ਸਾਗਰ 'ਚ ਦਾਖਲਾ ਕੀਤਾ। ਟਾਟਾ ਗਰੁੱਪ ਵੱਲੋਂ ਸ਼ੁਰੂ ਕੀਤੀ ਗਈ 에어ਲਾਈਨ ਕੰਪਨੀ 에어 ਇੰਡੀਆ 69 ਸਾਲਾਂ ਬਾਅਦ ਇੱਕ ਵਾਰ ਮੁੜ ਇਸੇ ਉਦਯੋਗਿਕ ਸਮੂਹ ਕੋਲ ਪਰਤ ਗਈ ਹੈ। ਵੀਰਵਾਰ ਨੂੰ ਰਾਜਧਾਨੀ ਸਥਿਤ 에어 ਇੰਡੀਆ ਦੇ ਹੈੱਡਕੁਆਰਟਰ 'ਚ ਸਥਿਤ ਇੱਕ ਦਫ਼ਤਰ 'ਚ ਜਨਤਕ ਖੇਤਰ ਜਿਸ ਦੀ ਕੰਪਨੀ 100% ਦੀ ਹਿੱਸੇਦਾਰੀ ਤੇ ਪ੍ਰਬੰਧਨ ਟਾਟਾ ਗਰੁੱਪ ਦੀ ਕੰਪਨੀ ਟੈਲੈਸ ਪ੍ਰਾਈਵੇਟ ਲਿਮਿਟਿਡ ਨੂੰ ਸੌਂਪ ਦਿੱਤੀ ਗਈ। ਇਸ ਟ੍ਰਾਂਸਫਰ ਲਈ ਟਾਟਾ ਗਰੁੱਪ ਦੇ ਚੇਅਰਮੈਨ ਐਂਡ ਚੰਦਰਸ਼ੇਕਰਨ ਵੀ ਦਿੱਲੀ ਆਏ ਤੇ ਉਹਨਾਂ ਨੇ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਹ ਪ੍ਰੋਸਤਾ ਦਵਾਇਆ ਕਿ ਭਾਰਤ ਇਸਦੀ ਮਾਨਮਤੀ 에ਅਰਲਾਈਨ ਕੰਪਨੀ ਦਾ ਪੁਰਾਣਾ ਮਾਨ ਮੁਰਤ ਤੋਂ ਸਥਾਪਿਤ ਕੀਤਾ ਜਾਏਗਾ ਚੰਦਰਸ਼ੇਕਰਨ ਨੇ ਬਾਅਦ ਵਿੱਚ ਮੀਡੀਆ ਸਾਹਮਣੇ ਆਪਣੇ ਸੰਖੇਪ ਬਿਆਨ ਦਿੱਤੇ ਕਿ ਉਹਨਾਂ ਨੂੰ ਟਾਟਾ ਗਰੁੱਪ ਚ 에ਅਰ ਇੰਡੀਆ ਦੀ ਵਾਪਸੀ ਤੋਂ ਕਾਫੀ ਖੁਸ਼ੀ ਹੈ ਤੇ ਇਸ ਨੂੰ ਇੱਕ ਵਿਸ਼ਵ ਪੱਧਰੀ ਐਵੀਏਸ਼ਨ ਕੰਪਨੀ ਬਣਾਉਣ ਲਈ ਗਰੁੱਪ ਵਚਨਬੱਧ ਹੈ ਬਾਦ ਵਿੱਚ ਇੱਕ ਦੂਜੇ ਸੰਦੇਸ਼ ਚ ਉਹਨਾਂ ਨੇ ਇਸ ਨੂੰ ਘਰ ਵਾਪਸੀ ਕਰਾਰ ਦਿੱਤਾ ਹੈ ਤੇ 에어 ਇੰਡੀਆ ਦੇ ਸਾਰੇ ਮੁਲਾਜ਼ਮਾਂ ਦਾ ਆਪਣੇ ਗਰੁੱਪ ਵਿੱਚ ਸੁਆਗਤ ਕੀਤਾ ਹੈ। ਉਹਨਾਂ ਨਾਲ ਅੱਗੇ ਕੰਮ ਕਰਨ ਦੇ ਕਾਲ ਕਹਿ ਹੀ ਉਹ ਐ ਵੀ ਕਿਹਾ ਕਿ 에어 ਇੰਡੀਆ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਮੈਂ ਆਸਵੰਦ ਹਾਂ ਸਾਡੀ ਅਸਲੀ ਯਾਤਰਾ ਹੁਣ ਸ਼ੁਰੂ ਹੁੰਦੀ ਹੈ। ਸਿਵਲ ਐਵੀਏਸ਼ਨ ਮੰਤਰੀ ਜੀਉਤਰਾ ਦਿਤਿਆ ਸਿੰਧੀਆਂ ਨੇ ਉਮੀਦ ਪ੍ਰਗਟਾਈ ਹੈ ਕਿ 에어 ਇੰਡੀਆ ਨਵੇਂ ਮਾਲਕ ਨਾਲ ਹੋਰ ਅੱਗੇ ਵਧੇਗੀ ਤੇ ਭਾਰਤੀ ਐਵੀਏਸ਼ਨ ਸੈਕਟਰ ਨੂੰ ਮਜ਼ਬੂਤ ਬਣਾਉਣ 'ਚ ਯੋਗਦਾਨ ਦੇਗੀ। ਯੂਰੋਪੀਅਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਸੰਸਥਾ ਦਾ ਯੂਰੋਪੀਅਨ ਮੈਡਿਸਨ ਏਜੰਸੀ ਨੇ ਸੁਝਾਅ ਦਿੱਤਾ ਹੈ ਕਿ ਕੋਵਿਡ-19 ਦੇ ਇਲਾਜ ਲਈ ਫਾਇਜ਼ਰ ਵੱਲੋਂ ਨਿਰਮਿਤ ਦਵਾਈ ਨੂੰ ਯੂਰੋਪੀਅਨ ਯੂਨੀਅਨ ਦੇ ਸਥਾਈ ਮੈਂਬਰ ਦੇਸ਼ਾਂ 'ਚ ਇਸਤੇਮਾਲ ਦੀ ਆਗਿਆ ਦਿੱਤੀ ਜਾਵੇ ਏਜੰਸੀ ਨੇ ਪਹਿਲੀ ਵਾਰ ਕੋਵਿਡ ਦੇ ਇਲਾਜ ਲਈ ਕਿਸੇ ਦਵਾਈ ਦੇ ਇਸਤੇਮਾਲ ਦਾ ਸੁਝਾਅ ਦਿੱਤਾ ਹੈ ਵੀਰਵਾਰ ਨੂੰ ਜਾਰੀ ਇੱਕ ਬਿਆਨ 'ਚ ਏਜੰਸੀ ਨੇ ਕਿਹਾ ਕਿ ਫਾਇਜ਼ਰ ਦੀ ਦਵਾਈ ਪੈਕਸਲੋ ਵਾਈਡ ਦੇ ਇਸਤੇਮਾਲ ਲਈ ਹਰੀ ਝੰਡੀ ਦਿਖਾਉਣ ਨਾਲ ਕੋਵਿਡ ਨਾਲ ਪੀੜਤ ਲੋਕਾਂ ਨੂੰ ਮਦਦ ਮਿਲ ਸਕਦੀ ਹੈ ਅਤੇ ਉਹਨਾਂ ਨੂੰ ਗੰਭੀਰ ਬਿਮਾਰੀ ਹੋਣ ਤੋਂ ਬਚਾਇਆ ਜਾ ਸਕਦਾ। ਈਐਮਏ ਦੀ ਵਿਸ਼ੇਸ਼ ਕਮੇਟੀ ਨੇ ਸੁਝਾ ਦਿੱਤਾ ਹੈ ਕਿ ਇਸ ਦਵਾਈ ਨੂੰ ਨਾ ਬਾਲਕਾਂ ਨੂੰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਅਤੇ ਗੰਭੀਰ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਹੈ। ਗਲੋਬਲ ਪੱਧਰ ਤੇ ਤਬਾਹੀ ਮਚਾਉਣ ਵਾਲੇ ਕਰੋਨਾ ਵਾਇਰਸ ਦੇ ਨਵੇਂ-ਨਵੇਂ ਰੂਪ ਸਾਹਮਣੇ ਆ ਰਹੇ ਨੇ। ਕਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਗੜ ਰਹੇ ਚੀਨ ਦੇ ਬੁਖਾਨ ਸ਼ਹਿਰ ਦੇ ਵਿਗਿਆਨੀਆਂ ਨੇ ਕਿਤਾਬ ਨੇ ਦਿੱਤੀ ਹੈ ਕਿ ਇੱਕ ਨਵਾਂ ਕਰੋਨਾ ਵਾਇਰਸ ਨਿਊ ਕੋਵ ਦੁਨੀਆ ਵਿੱਚ ਦਸਤਕ ਦੇ ਚੁੱਕਾ ਹੈ ਇਹ ਨਵਾਂ ਕਰੋਨਾ ਵਾਇਰਸ ਬਹੁਤ ਹੀ ਜ਼ਿਆਦਾ ਛੂਤਕਾਰੀ ਹੈ ਅਤੇ ਇਸ ਨਾਲ ਸੰਕਰਮਿਤ ਹੋਏ ਤਿੰਨ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਨਵਾਂ ਕਰੋਨਾ ਵਾਇਰਸ ਦੱਖਣੀ ਅਫਰੀਕਾ ਚ ਮਿਲਿਆ ਹਾਲਾਂਕਿ ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਨਿਊ ਕੋਵ ਕਰੋਨਾ ਵਾਇਰਸ ਨਵਾਂ ਨਹੀਂ ਹੈ ਰਾਹਤ ਦੀ ਗੱਲ ਇਹ ਹੈ ਕਿ ਨਵਾਂ ਕਰੋਨਾ ਵਾਇਰਸ ਅਜੇ ਇਨਸਾਨਾਂ ਵਿੱਚ ਨਹੀਂ ਫੈਲਿਆ ਰੂਸੀ ਸਮਾਚਾਰ ਏਜੰਸੀ ਸਪੁਤਨਿਕ ਦੀ ਰਿਪੋਰਟ ਮੁਤਾਬਕ ਇਹ ਨਿਊਕੋਵ ਕਰੋਨਾ ਵਾਇਰਸ ਮਰਸਕੋਵ ਵਾਇਰਸ ਨਾਲ ਸੰਬੰਧਿਤ ਹੈ ਸਭ ਤੋਂ ਪਹਿਲਾਂ ਸਾਲ 2012 ਅਤੇ 2015 ਵਿੱਚ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਇਹ ਪ੍ਰਕੋਪ ਬਾਰੇ ਪਤਾ ਚੱਲਿਆ ਸੀ ਇਹ SARS-CoV-2 ਦੀ ਤਰ੍ਹਾਂ ਹੈ ਜੋ ਇਨਸਾਨਾਂ ਵਿੱਚ ਕਰੋਨਾ ਵਾਇਰਸ ਦਾ ਕਾਰਨ ਬਣਦਾ ਹੈ ਦੱਖਣੀ ਅਫਰੀਕਾ ਵਿੱਚ ਅਜੇ ਇਹ ਨਿਊਕੋ ਵਾਇਰਸ ਚਮਗਦਰ ਦੇ ਅੰਦਰ ਦੇਖਿਆ ਗਿਆ ਹੈ ਅਤੇ ਹੁਣੇ ਹੀ ਸਾਹਮਣੇ ਆਇਆ ਹੈ 28 ਤੋਂ 30 ਜਨਵਰੀ ਤੱਕ ਪੰਜਾਬ ਦੇ ਦੌਰੇ ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਨਿਸ਼ਾਨਾ ਬੰਨਿਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਹਲਕੇ 'ਚ ਕਦੇ ਨਹੀਂ ਜਾਂਦੇ ਅਤੇ ਨਾ ਹੀ ਕਿਸੇ ਦਾ ਫੋਨ ਚੁੱਕਦੇ ਨੇ। ਨਵਜੋਤ ਸਿੱਧੂ ਕਿਸੇ ਵਿਅਕਤੀ ਦੇ ਸੁੱਖ-ਦੁੱਖ ਵਿੱਚ ਕੰਮ ਨਹੀਂ ਆਉਂਦੇ। 5 ਸਾਲਾਂ 'ਚ ਸਿੱਧੂ ਨੇ ਆਪਣੇ ਹਲਕੇ ਦਾ ਕੋਈ ਕੰਮ ਨਹੀਂ ਕਰਵਾਇਆ। ਮਜੀਠੀਆ ਤੇ ਨਵਜੋਤ ਦੇ ਚੋਣ ਲੜਨ ਤੇ ਕੇਜਰੀਬਾਲ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਪਰਖ ਕੇ ਦੇਖ ਲਿਆ ਹੈ ਬੇਲ ਰੱਦ ਹੋਣ ਤੇ ਮਜੀਠੀਆ ਇਸ ਸਮੇਂ ਭੱਜ ਦੌੜ ਰਹੇ ਨੇ ਇਹਨਾਂ ਦੇ ਹਲਕੇ ਚੋਂ ਖੜਾ ਆਪ ਦਾ ਉਮੀਦਵਾਰ ਆਮ ਆਦਮੀ ਦਾ ਹੈ ਜੋ ਲੋਕਾਂ ਦੇ ਸਾਰੇ ਕੰਮ ਕਰਵਾਏਗਾ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੇ ਕੇਜਰੀਬਾਲ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਆਉਣ 'ਚ ਦੇਰੀ ਕਰ ਦਿੱਤੀ ਹੈ ਵਾਅਦੇ ਪੂਰੇ ਨਾ ਕਰਨ ਕਰਕੇ ਉਹ ਲੋਕਾਂ ਨੂੰ ਆਪਣਾ ਮੂੰਹ ਵਿਖਾਉਣ ਦੇ ਕਾਬਲ ਨਹੀਂ ਕੇਜਰੀਬਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਮੈਂ ਹਰ ਸਮੇਂ ਗਾਲਾਂ ਕੱਢਦੇ ਰਹਿੰਦੇ ਨੇ ਅਤੇ ਸੁਖਬੀਰ ਬਾਦਲ ਵੀ ਮੈਨੂੰ ਪੰਡਣ ਦਾ ਕੋਈ ਮੌਕਾ ਨਹੀਂ ਛੱਡਦੇ ਕੇਜਰੀਬਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ ਤੇ ਕੁਝ ਨਹੀਂ ਬੋਲਦੇ ਨਾ ਹੀ ਸੁਖਬੀਰ ਬਾਦਲ ਚੰਨੀ ਨੂੰ ਕੁਝ ਕਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਜਿਸ ਮੁਤਾਬਕ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਟ ਕਰਫਿਊ ਰਹੇਗਾ। ਜਾਰੀ ਨਿਰਦੇਸ਼ਾ ਮੁਤਾਬਕ ਗੈਰ ਜ਼ਰੂਰੀ ਚੀਜ਼ਾਂ ਦੀ ਆਵਾਜਾਈ ਰਾਤ 10 ਤੋਂ ਸਵੇਰੇ 5 ਵਜੇ ਤੱਕ ਬੰਦ ਰਹੇਗੀ। ਮੈਡੀਕਲ ਨਾਲ ਸੰਬੰਧਿਤ ਚੀਜ਼ਾਂ ਦੀ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੋਏਗੀ। ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਮੁਤਾਬਕ ਜਨ ਤੱਕ ਥਾਮਾ ਤੇ ਬਿਨਾਂ ਟਿਕਾ ਕਰਨ ਵਾਲੇ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ ਸਕੂਲ ਕਾਲਜ ਯੂਨੀਵਰਸਿਟੀਆਂ ਫਿਲਹਾਲ ਪੰਦੀ ਰਹਿਣਗੀਆਂ ਤੇ ਬੱਚਿਆਂ ਨੂੰ ਆਨਲਾਈਨ ਹੀ ਪੜ੍ਹਾਈ ਕਰਵਾਈ ਚਾਹੀਏਗੀ ਸਿਨਮਾ ਹਾਲ ਜਿਮ ਸਪਾ ਸੈਂਟਰ 50% ਦੀ ਸਮਰੱਥਾ ਨਾਲ ਹੀ ਖੁੱਲਣਗੇ ਜਗ੍ਹਾ ਦੇ ਹਿਸਾਬ ਦੇ ਨਾਲ 50% ਦੀ ਸਮਰੱਥਾ ਤੇ ਵੱਧ ਤੋਂ ਵੱਧ 300 ਲੋਕਾਂ ਦਾ ਹੀ ਇਕੱਠ ਕੀਤਾ ਜਾ ਸਕੇਗਾ ਏਸੀ ਬਸਾਂ 50% ਦੀ ਸਮਰੱਥਾ ਨਾਲ ਹੀ ਚੱਲਣਗੀਆਂ ਦਖਣੀ ਪਛਮੀ ਬਲਿਚਤਾਨ ਤੂਬੇਕੇਜ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੇ ਇੱਕ ਚੌਂਕੀ ਤੇ ਅੱਤਵਾਦੀਆਂ ਦੇ ਹਮਲੇ ਵਿੱਚ 10 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਹੈ ਪਾਕਿਸਤਾਨੀ ਸੈਨਾ ਦੇ ਮੀਡੀਆ ਵਿੰਗ ਨੇ ਇਹ ਜਾਣਕਾਰੀ ਦਿੱਤੀ ਹੈ ਡਾਣ ਅਖਬਾਰ ਨੇ ਸੈਨਾ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਅੱਤਵਾਦੀਆਂ ਨੇ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਸੁਰੱਖਿਆ ਬਲਾਂ ਦੀ ਇੱਕ ਚੌਂਕੀ ਤੇ ਹਮਲਾ ਕੀਤਾ ਉਹਨਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਗੋਲਾਬਾਰੀ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਅਤਵਾਦੀਆਂ ਦੀ ਗੋਲਾਬਾਰੀ ਤੇ ਜਵਾਬੀ ਕਾਰਵਾਈ ਦੌਰਾਨ ਸੈਨਾ ਦੇ 10 ਜਵਾਨ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋਏ। ਉਹਨਾਂ ਨੇ ਦੱਸਿਆ ਕਿ ਫਲੋਅ-ਅਪ ਕਲੀਅਰੈਂਸ ਮੁਹਿੰਮ ਦੌਰਾਨ 3 ਅਤਵਾਦੀਆਂ ਨੂੰ ਫੜਿਆ ਗਿਆ ਸੀ। ਹਮਲੇ ਨੂੰ ਅੰਜਾਮ ਦੇਣ ਵਾਲੇ ਅਤਵਾਦੀਆਂ ਦੀ ਖੋਜ ਅਜੇ ਵਿਚਾਰੀ ਹੈ। ISPR ਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਸਾਡੀ ਧਰਤੀ ਤੋਂ ਅਤਵਾਦੀਆਂ ਦਾ ਖਾਤਮਾ ਕਰਨ ਲਈ ਵਚਨਬੱਧ ਨੇ ਇਸ ਦੇ ਲਈ ਭਾਵੇਂ ਉਹਨਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਏ। ਗੌਰਤਲਬ ਹੈ ਕਿ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਵਿੱਚ ਲੰਬੇ ਸਮੇਂ ਤੋਂ ਹੰਸਕ ਵਿਦਰੋਹ ਚੱਲ ਰਿਹਾ ਹੈ ਬਲੂਚ ਵਿਦਰੋਹੀ ਨੇਤਾ ਨੇ ਪਹਿਲਾਂ ਵੀ ਇਸ ਖੇਤਰ ਵਿੱਚ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨਕਾਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਸ਼ਟਕ